ਕਿਰਪਾਲ ਨੇ ਰਹਿਣ ਵਾਲੇ ਉਹਨਾਂ ਦੀ ਫਰਮੈਸ਼ਨ ਮੁਤਾਬਕ ਸ਼ੇਰ ਪੇਸ਼ ਕਰਸਾਂ। ਰੋਜ਼ ਅਸ਼ਰ ਤੱਕ ਨਾ ਹੀ ਸੁੱਖ ਪਾਉਣ ਆਸ਼ਕ ਨਾਦਰ ਪੱਕੇ ਦਸਖਤ ਕਰਾਏ ਕਿਸੇ ਆਖਿਆ ਦੋਸਤਾਂ ਉੱਥੇ ਦਸਖਤ ਕਰੀਏ ਇੱਥੇ ਕਸਰ ਵਾਲਾ ਬਣ ਹੁਣ ਪੁੱਜਦੇ ਬੰਦਾ ਸ਼ੋਰ ਮਚਾਉਣੇ ਨਾਲ ਕੁਝ ਵੀ ਅਸਲ ਨਹੀਂ ਹੈ। ਇੱਥੇ ਜਿਸ ਵਕਤ ਦੁਨੀਆਂ ਤੇ ਅਸ਼ਤੇਦਾਰ ਆਇਆ ਇੱਕ ਸੰਗ ਦਿਲ ਨਾਲ ਪਿਆਰ ਹੋਇਆ ਇਹ ਹੋਇਆ ਜਿੱਥੇ ਫੁੱਲ ਆਉਣੇ ਉੱਥੇ ਖਾਰ ਵੀ ਆਉਣਾ ਜਿੱਥੇ ਆਸ਼ਕ ਆਉਣ ਨਾਲ ਰਕੀਬ ਵੀ ਆਉਣੇ ਕਿਉਂਕਿ ਰਕੀਬ ਨਾ ਆਵਣ ਤੇ ਆਸ਼ਕ ਨੀ ਸੋਗਣਾ ਤੇ ਖਾਰ ਨਾ ਹੋਵੇ ਤੇ ਫੁੱਲ ਨੀ ਸੋਗਣਾ। ਆਖਿਆ ਦੋਸਤਾ ਰਕੀਬਾ ਸਿਰੇ ਸਿਗਨੀ ਪੈਰਾਂ ਦੀਆਂ ਜ਼ੋਰ ਲਾ ਨਾ ਆਖਿਆ ਮੇਰੇ ਪਿਆਰ ਦੇ ਮੇਰੀ ਰਕੀਬ ਜਿਸਨੇ ਉਸੇ ਨੂੰ ਪੈਰਾਂ ਤੱਕ ਜ਼ੋਰ ਲਗਾਉਂਦੇ ਨੇ ਲੈ ਕੇ ਜੰਗੀ ਸਮਾਨ ਬੰਦੂਕ ਤੋਪਾ ਉਹ ਠਾਠ ਨਾਲ ਮੈਦਾਨ ਵਿੱਚ ਆਉਂਦੇ ਰੇ ਆਖਰ ਹੋਈ ਗਏ ਕਾਲੇ ਨੂੰ ਕਾਲਿਆਂ ਨੇ ਜਿਹੜੇ ਝੂਠੇ ਮਸਲੇ ਬਣਾਉਂਦੇ ਨੇ ਆਖਿਆ ਜ਼ਮਾਨੇ ਨੇ ਹਾਲਾਤ ਕੁਝ ਐਸਾ ਮਜਬੂਰ ਕੀਤਾ ਕਿ ਜਿਸ ਸ਼ਖਸ ਜਿਸ ਬੰਦੇ ਜ਼ਿੰਦਗੀ ਵਿੱਚ ਕਦੇ ਚਿੜੀ ਨਹੀਂ ਸੀ ਮਾਰੀ ਉਸ ਵੀ ਮਾੜੇ ਪਰ ਤੀਰ ਚਲਾਉਣ ਦੀ ਕੋਸ਼ਿਸ਼ ਕੀਤੀ ਉਹ ਮੁਖਲਸ ਦੁਸ਼ਮਣ ਕੀ ਕਦੇ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਦੁਸ਼ਮਣ ਹਰ ਵਕਤ ਦੁਸ਼ਮਣ ਹੈ ਸਿੱਧੀ ਕੁਮਾਰ ਉਹ ਸਭ ਲਿਖੇ ਸਾਨੇ ਬਦਲ ਆਲਾ ਕੀ
ਮੇਰੇ ਦੋਸਤ ਮਿਰਜ਼ਾ ਬਸ਼ਰ ਹੁਸੈਨ ਪੂਰਾ ਯਾਦ ਤੋਂ ਤਸ਼ਰੀਫ ਲੈ ਆਏ, ਉਹਨਾਂ ਨੇ ਫਰਮਾਇਸ਼ ਦੇ ਮੁਤਾਬਕ ਸ਼ੇਰ ਪੇਸ਼ ਕਰਤਾ। ਬੜੇ ਹੀ ਮਾੜੇ ਚੰਗੇ ਦੇ ਸੰਗੀ ਏ, ਤਦੋਂ ਹੀ ਸਾਦੀ ਤਬੀਅਤ ਨੇ ਮਾਲਕ ਆਖਿਆ ਜੀ ਸਭ ਯਾਰ ਪਰਦੇਸ ਤਿਆਰ ਹੋਇਆ, ਆਖਿਆ ਦੋਸਤਾ ਇੱਕ ਨਿੱਕਾ ਜਿਹਾ ਫੋਟੋ ਦੇ ਜਾ, ਜਿਸ ਕੀ ਤੱਕੀ ਤੇ ਮੈਂ ਆਪਣਾ ਇਹ ਦੀਵਾਨਾ ਦਿਲ ਭੁਲਾਇਆ ਕਰਤਾ। ਆਖਿਆ ਤੂੰ ਕੀ ਤਕਦੀਰ ਮੇਰੇ ਕੋਲੋਂ ਖੱਸੀ ਤੇ ਕਿ ਨਹੀਂ ਜੁਲੀ, ਵਰਨਾ ਅਗਰ ਮੇਰਾ ਵਸ ਆਉਣਾ ਤਾਂ ਤੂੰ ਕੀ ਨਸਾਂ ਜਾਣ ਦੇਣਾ ਬਾਈ ਕਿੱਥੇ ਜੀ ਸਰਵਾਰ।
ਕਰਨਾ ਸਭੀ ਕੁਚਾ ਹੀ ਮਹਬੂਬ ਨਹੀਂ ਸੈਰ ਕਰਾਈ ਹੋਣਾ ਬਈ ਅਸ਼ਕੇ ਜ਼ਾਰ ਆਪਣੇ ਮਹਬੂਬ ਕੋਲ ਜਾਵੇ ਤੇ ਆਖਣਾ ਬਈ ਕਿਹੜਾ ਟਾਈਮ ਹੋਵੇ ਕਿਹੜਾ ਵਕਤ ਹੋਵੇ ਮੈਂ ਕਿਸ ਤਰ੍ਹਾਂ ਆਪਣੇ ਮਹਬੂਬ ਕੋਲ ਜਾਵਾਂ ਮਾੜਾ ਮਹਬੂਬ ਕਿਆ ਕਰਨਾ ਹੋਵੇ ਇਹ ਫਰਮਾਇਸ਼ ਦੇ ਮੁਤਾਬਕ ਸ਼ੇਰ ਮੇਰੇ ਦੋਸਤ ਰਾਜੇ ਲਤੀਫ ਸਾਹਿਬ ਚੰਦੇ ਕਰਪਾਲ ਵਾਲੇ ਨਾਲ ਮੇਰਾ ਦੋਸਤ ਨਖਲਮੀ ਸੇ ਕਸੂਤਾ ਹੋਵੇ ਹੌਲੇ ਹੋਣੇ ਉਸਦੀ ਆਵਾਜ਼ ਦਿਆਂ ਤੇ ਜਗਾਂ ਬਾਈ ਘੜੇ ਤਰੀਕੇ ਆ ਗਿਆ ਕੋਈ ਇਨਸਾਨ ਹੋਵੇ